ਤੁਹਾਨੂੰ ਨਹੀਂ ਲੱਗਦਾ ਕਿ ਸਿਆਸਤਦਾਨ ਵਾਅਦੇ ਕਰਨ ਦੇ ਵਿੱਚ ਇਹ ਭੁੱਲ ਜਾਂਦਾ ਹੈ ਕਿਉਂਕਿ ਉਦੋਂ ਸ਼ਾਇਦ ਉਹ ਦੂਜੇ ਪਾਸੇ ਬੈਠਾ ਹੁੰਦਾ ਹੈ ਕਿਉਂਕਿ ਉਦੋਂ ਦੀ ਪੈਨ 'ਚ ਤਾਕਤ ਨਹੀਂ ਹੁੰਦੀ ਬ੍ਰੋਡਰ ਪਰਸਪੈਕਟਿਵ ਦੇ ਵਿੱਚ ਗੱਲ ਕਰੀਏ ਤੇ ਟ੍ਰੈਜਡੀ ਆਫ ਦੀ ਇੰਡੀਅਨ ਨੇਸ਼ਨ ਹੀ ਇਹੀ ਹੈ ਕਿ ਜਿਹੜੇ ਇੱਥੇ ਦੇ ਪੋਲੀਟੀਸ਼ੀਅਨ ਹੈ ਉਹ ਆਪਣੀ ਪਾਪੂਲੇਸ਼ਨ ਨੂੰ ਭੇਡਾਂ ਬੱਕਰੀਆਂ ਹੀ ਸਮਝਦੇ ਆ ਮਤਲਬ ਰੂਟੀਨ ਦਾ ਇੱਕ ਉਹਨਾਂ ਦਾ ਸੀਗਾ ਕਿ ਇੱਕ ਵਾਰੀ ਅਕਾਲੀ ਇੱਕ ਵਾਰੀ ਕਾਂਗਰਸ ਇਹ ਜਿਹੜਾ ਇੱਕ ਵਾਰੀ ਬੰਨੀ ਹੋਈ ਸੀ ਉਹਨਾਂ ਨੇ ਉਹ ਉਸ ਨੂੰ ਸ਼ੈਟਰ ਕੀਤਾ ਸਿਮਰਨਜੀਤ ਸਿੰਘ ਮਾਨ ਜਿਹੜਾ ਕਿ ਬਿਲਕੁਲ ਅਨਐਕਸਪੈਕਟਡ ਬੰਦੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਪਾਵਰ ਦੇ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਇੱਕ ਮੈਸੇਜ ਦਿੱਤਾ ਬਾਦਲ ਕਲੈਨ ਨੂੰ ਅਮਰਿੰਦਰ ਸਿੰਘ ਨੂੰ ਤੇ ਆਮ ਆਦਮੀ ਪਾਰਟੀ ਨੂੰ ਕਿ ਬਈ ਅਸੀਂ ਕੋਈ ਜ਼ਰੂਰੀ ਨਹੀਂ ਹੈ ਕਿ ਬਈ ਅਸੀਂ ਤੁਹਾਡੇ ਉਹਦੇ ਵਿੱਚ ਆਵਾਂਗੇ ਤੇ ਅਸੀਂ ਤੁਹਾਡੇ ਨਾਲ ਹੀ ਖੜਾਂਗੇ ਤੇ ਇੱਕ SIT ਦੋ SIT SIT ਤੇ SIT ਉਹ ਜਿਹੜੀ ਇੱਕ ਮਤਲਬ ਇੱਕ ਰਵਾਇਤ ਬਣੀ ਹੋਈ ਆ ਉਹਨੂੰ ਇਹ ਸ਼ੈਟਰ ਕਰਨ ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਕਰਨ ਮੈਂ ਮੰਨਦਾ ਕਿ ਵੀ ਉਸ ਸਿਸਟਮ ਨੂੰ ਅਬਿਊਜ਼ ਕੀਤਾ ਜਾ ਰਿਹਾ ਉਹਨੂੰ ਮਿਸਯੂਜ਼ ਕੀਤਾ ਜਾ ਰਿਹਾ ਜਿਹੜਾ ਵੀ ਬੰਦਾ ਪੋਲੀਟੀਕਲ ਪਾਵਰ ਦੇ ਵਿੱਚ ਆਉਂਦਾ ਹੈ ਉਸ ਨੂੰ ਉਹ ਬਾਈ ਹੁੱਕ ਔਰ ਬਾਈ ਕਰੁੱਕ ਉਸ ਨੂੰ ਮਿਸਯੂਜ਼ ਕਰਦਾ ਹੈ ਖਾਲੀ ਇੱਕ ਇਸ਼ੂ ਨਹੀਂ ਹੈ ਨੰਬਰ ਆਫ ਇਸ਼ੂਜ਼ ਐਸੇ ਹੈਗੇ ਜਿਨ੍ਹਾਂ ਦੇ ਉੱਪਰ ਕੋਈ ਕੰਕਰੀਟ ਗੱਲ ਹੁੰਦੀ ਨਹੀਂ ਹੈ ਅਤੇ ਮਤਲਬ ਕਮਿਸ਼ਨ ਬਣਾ ਦਿਉ ਕੁਛ ਕਰ ਦਿਉ ਉਹਨੂੰ ਠੰਡੇ ਬਸਤੇ 'ਚ ਪਾ ਦਿਉ ਅਤੇ ਸਤਿ ਸ਼੍ਰੀ ਅਕਾਲ ਮੈਂ ਹਾਂ ਸੁਵਿੰਦਰ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਣ ਦਾ ਵੇ ਅੱਜ ਸੁਖਬੀਰ ਬਾਦਲ ਇੱਕ ਵਾਰ ਫਿਰ SIT ਦੇ ਸਾਹਮਣੇ ਪੇਸ਼ ਹੁੰਦੇ ਨੇ ਕੋਟਕਪੂਰਾ ਗੋਲੀਕਾਂਡ ਦੇ ਵਿੱਚ SIT ਨੇ ਅੱਜ ਯਾਨੀ ਕਿ ਸੋਮਵਾਰ ਨੂੰ ਸੁਖਬੀਰ ਬਾਦਲ ਨੂੰ ਤਲਬ ਕੀਤਾ ਸੀ 3 ਘੰਟੇ ਤੱਕ ਪੁੱਛਗਿੱਛ ਹੁੰਦੀ ਹੈ ਅਤੇ ਉਸ ਤੋਂ ਬਾਅਦ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਸੁਖਬੀਰ ਬਾਦਲ ਚਲੇ ਜਾਂਦੇ ਨੇ ਪਰ ਸਵਾਲ ਉਹੀ ਆਉਂਦਾ ਹੈ ਕਿ ਆਖਿਰਕਾਰ ਗੋਲੀ ਚਲਾਉਣ ਦੇ ਹੁਕਮ ਕਿਹਨੇ ਦਿੱਤੇ ਸੀ ਅਤੇ ਇਹੀ SIT ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਬਾਬਤ ਦੂਜੀ ਵਾਰ ਸੁਖਬੀਰ ਬਾਦਲ SIT ਦੇ ਸਾਹਮਣੇ ਅੱਜ ਪੇਸ਼ ਹੋਏ ਅਤੇ ਹੁਣ ਇਸੇ 'ਤੇ ਹੀ ਅੱਜ ਇਸੇ ਮੁੱਦੇ 'ਤੇ ਚਰਚਾ ਕਰਾਂਗੇ ਮੇਰੇ ਨਾਲ ਇਸ ਮੁੱਦੇ 'ਤੇ ਜੁੜਨਗੇ ਸਰਦਾਰ ਅਮਰਿੰਦਰ ਸਿੰਘ ਜੀ ਸਾਬਕਾ SGPC ਮੈਂਬਰ ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਮਰਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਫਿਰ ਇੱਕ ਵਾਰ ਸੁਖਬੀਰ ਬਾਦਲ ਜੀ SIT ਦੇ ਸਾਹਮਣੇ ਪੇਸ਼ ਹੁੰਦੇ ਨੇ ਫਿਰ 3 ਘੰਟੇ ਪੁੱਛਗਿੱਛ ਹੁੰਦੀ ਹੈ ਪਰ ਗੱਲਬਾਤ ਉੱਥੇ ਦੀ ਉੱਥੇ ਹੀ ਹੈ ਕਿਵੇਂ ਦੇਖਦੇ ਹੋ ਦੇਖੋ ਸੁਰਿੰਦਰ ਜੀ ਸੁਖਬੀਰ ਬਾਦਲ ਮੈਂ ਸਮਝਦਾ ਕਿ ਵੀ ਪਹਿਲੀ ਵਾਰੀ SIT ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਇਹ ਮੇਰੇ ਹਿਸਾਬ ਨਾਲ ਤੀਜੀ ਜਾਂ ਚੌਥੀ ਵਾਰੀ ਉਹ ਉਹਨਾਂ ਨੂੰ SIT ਨੇ ਤਲਬ ਕੀਤਾ ਹੈ ਅਤੇ ਰਿਪੀਟਿਡਲੀ ਜਦੋਂ SIT ਤਲਬ ਕਰਦੀ ਹੈ ਤਾਂ ਕੁਛ ਨਾ ਕੁਛ ਉਹਦੇ ਵਿੱਚ ਮਤਲਬ ਐਵੀਡੈਂਸ ਜ਼ਰੂਰ ਉਹਦੇ 'ਚ ਹੋਏਗਾ ਮਸਲੇ ਦੇ ਫਾਈਲ ਦੇ ਉੱਪਰ ਤਾਂ ਹੀ ਉਹਨਾਂ ਨੂੰ ਦੁਬਾਰਾ ਤਲਬ ਕੀਤਾ ਜਾ ਰਿਹਾ ਕਿਉਂਕਿ ਸੁਖਬੀਰ ਬਾਦਲ ਕੋਈ ਛੋਟਾ ਮੋਟਾ ਸਟੇਚਰ ਤਾਂ ਹੈ ਨਹੀਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਫੋਰਮਰ ਡਿਪਟੀ CM ਹੈਗੇ ਆ ਫੋਰਮਰ ਹੋਮ ਮਿਨਿਸਟਰ ਹੈਗੇ ਆ ਅਤੇ ਵੱਡੇ ਕੱਦਾਵਰ ਪੰਜਾਬ ਪੋਲੀਟਿਕਸ ਦੇ ਨੇਤਾ ਹੈਗੇ ਉਹਨਾਂ ਨੂੰ SIT ਬਿਨਾਂ ਵਜ੍ਹਾ ਸੰਮਨ ਨਹੀਂ ਕਰਦੀ ਕੋਈ ਨਾ ਕੋਈ ਰੀਜ਼ਨ ਹੋਏਗਾ ਜਿਹੜੇ ਉਹਨਾਂ ਨੂੰ ਸੰਮਨ ਕੀਤਾ ਜਾ ਰਿਹਾ ਜੇ ਆਪਾਂ ਗੱਲ ਕਰੀਏ ਇਸ ਪੂਰੇ ਐਪੀਸੋਡ ਦੀ ਤਾਂ ਜਦੋਂ ਇਹ ਐਪੀਸੋਡ ਵਾਪਰਿਆ ਉਸ ਵੇਲੇ ਉਹ ਗ੍ਰਹਿ ਮੰਤਰੀ ਸੀਗੇ ਅਤੇ ਨਾਲ ਡਿਪਟੀ CM ਵੀ ਸੀਗੇ ਅਤੇ ਪਬਲਿਕ ਮਤਲਬ ਜਿਹੜੀ ਇੱਕ ਆਮ ਲੋਕ ਲਹਿਰ ਹੈ ਉਹਦੇ ਵਿੱਚ ਇਹ ਗੱਲ ਚੱਲੀ ਹੋਈ ਹੈ ਕਿ ਬਈ ਜਿਹੜੇ ਗੋਲੀ ਚਲਾਉਣ ਦੇ ਜਿਹੜੇ ਹੁਕਮ ਹੈ ਉਹ ਸੁਖਬੀਰ ਬਾਦਲ ਨੇ ਸੁਮੇਧ ਸੈਣੀ ਨੂੰ ਦਿੱਤੇ ਇਸ ਕਰਕੇ ਮਤਲਬ ਸਾਰਾ ਵਜ਼ਨ ਉਹਨਾਂ ਦੇ ਉੱਪਰ ਆ ਰਿਹਾ ਹੈ ਅਤੇ ਇਹੀ ਰੀਜ਼ਨ ਹੈ ਕਿ ਬਈ ਆਪਾਂ ਇੱਕ ਬੇਅਦਬੀ ਵਾਲਾ ਮਸਲਾ ਹੈਗਾ ਉਸ ਤੋਂ ਬਾਅਦ ਬੇਅਦਬੀ ਦੇ ਪ੍ਰੋਟੈਸਟ ਦੇ ਵਿੱਚ 2 ਨੌਜਵਾਨਾਂ ਦੀ ਜਾਨ ਗਈ ਹੈ 2 ਅਪਾਹਜ ਹੋਏ ਹੈ ਇਹ ਸਾਰਾ ਐਪੀਸੋਡ ਪੰਜਾਬ ਨੇ ਦੇਖਿਆ ਅਤੇ ਇਸ ਇਸ਼ੂ ਨੂੰ ਲੈ ਕੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਥੰਮ ਹੈ ਪੋਲੀਟੀਕਲ ਥੰਮ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਜਿਨ੍ਹਾਂ ਦਾ ਕਦੀ ਮਤਲਬ ਇਹ ਸੋਚਿਆ ਹੀ ਨਹੀਂ ਜਾ ਸਕਦਾ ਸੀ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੋਕ ਇਹਨਾਂ ਤੋਂ ਮੂੰਹ ਮੋੜ ਲੈਣਗੇ ਅਤੇ ਇਹ ਹਾਰ ਦਾ ਸਾਹਮਣਾ ਕਰਨਗੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਨੂੰ ਲੋਕਾਂ ਨੇ ਸੱਤਾ ਦਿੱਤੀ ਅਤੇ ਕੇਜਰੀਵਾਲ ਦੇ ਇਸ ਆਸ਼ਵਾਸਨ ਦੇ ਉੱਪਰ ਭਰੋਸਾ ਕੀਤਾ ਕਿ ਅਬਕੀ ਵਾਰ ਮਤਲਬ ਸਾਨੂੰ ਇੱਕ ਵਾਰੀ ਦਿਓ ਇੱਕ ਮੌਕਾ ਕੇਜਰੀਵਾਲ ਕੋ ਸੋ ਇਸ ਤਰੀਕੇ ਦੇ ਉਹਨਾਂ ਨੇ ਲੁਭਾਵਨੇ ਨਾਰੇ ਲਾਏ ਅਤੇ ਮਤਲਬ ਮੈਂ ਸਮਝਦਾ ਕਿ ਵੀ ਉਹ ਨਾਰਿਆਂ ਦੇ ਵਿੱਚ ਵੀ ਅੱਜ 9ਵਾਂ ਮਹੀਨਾ ਤਕਰੀਬਨ 8 ਮਹੀਨੇ ਕੰਪਲੀਟ ਹੋ ਗਏ ਅਤੇ 9ਵੇਂ ਮਹੀਨੇ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਗਵਰਨਮੈਂਟ ਜਾ ਰਹੀ ਹੈ ਅਤੇ ਡਿਲੀਵਰੀ ਆਫ ਜਸਟਿਸ ਜਿਹੜੀ ਹੈ ਉਹ ਬੜੀ ਸਲੋਅ ਹੈ ਜੇ ਉਹ ਕਰਨਾ ਵੀ ਚਾਹੁੰਦੇ ਹੈ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਵਾਕਈ ਕੰਕਰੀਟ ਕੋਈ ਚੀਜ਼ ਪੰਜਾਬ ਨੂੰ ਡਿਲੀਵਰ ਕਰਨਾ ਚਾਹੁੰਦੇ ਹੈ ਕਿ ਉਹ ਵੀ ਪਹਿਲੀਆਂ ਸਰਕਾਰਾਂ ਵਾਂਗੂ ਸਿਰਫ ਇਹ ਟਾਈਮ ਪਾਸ ਦਾ ਹੀ ਚੱਕਰ ਹੈ ਬਿਲਕੁਲ ਅਮਰਿੰਦਰ ਜੀ ਐ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਕਿਉਂਕਿ ਕੰਮ ਤਾਂ ਸਿਸਟਮ ਨੇ ਕਰਨਾ ਹੈ ਅਤੇ ਸਿਆਸਤਦਾਨ ਸਿਰਫ ਚੋਣਾਂ ਨੂੰ ਲੈ ਕੇ ਇੱਕ ਲੁਭਾਵਨੇ ਵਾਅਦੇ ਕਰ ਲੈਂਦੇ ਨੇ ਮੌਕੇ ਦੀ ਨਜ਼ਾਕਤ ਸਮਝਦੇ ਨੇ ਕਿ ਲੋਕ ਇਸ ਟਾਈਮ ਕਿਹੜੇ ਮੁੱਦੇ ਤੋਂ ਪਰੇਸ਼ਾਨ ਨੇ ਅਤੇ ਕਿਹੜਾ ਉਹਨਾਂ ਦਾ ਮੁੱਖ ਮੁੱਦਾ
ਤੁਹਾਨੂੰ ਨਹੀਂ ਲੱਗਦਾ ਕਿ ਸਿਆਸਤਦਾਨ ਵਾਅਦੇ ਕਰਨ ਦੇ ਵਿੱਚ ਇਹ ਭੁੱਲ ਜਾਂਦਾ ਕਿਉਂਕਿ ਉਦੋਂ ਸ਼ਾਇਦ ਉਹ ਦੂਜੇ ਪਾਸੇ ਬੈਠਾ ਹੁੰਦਾ ਕਿਉਂਕਿ ਉਦੋਂ ਦੀ ਪੈਨ 'ਚ ਤਾਕਤ ਨਹੀਂ ਹੁੰਦੀ ਕਿ ਹਾਂ ਅਸੀਂ 24 ਘੰਟਿਆਂ 'ਚ ਕਰ ਦਾਂਗੇ ਕੋਈ ਆਪਾਂ ਜਿਵੇਂ ਦੇਖਿਆ ਅਮਰਿੰਦਰ ਸਿੰਘ ਜੀ ਨੇ ਸੌਂਹ ਖਾ ਲਈ ਕਿ ਉਹ ਬੜਾ ਮੁੱਦਾ ਰਿਹਾ ਕਿ ਚੋਣਾਂ ਦੇ ਵਿੱਚ ਉਹ ਵੀ ਘਰ ਬਹਿ ਗਏ ਇਸੇ ਚੱਕਰ ਦੇ ਵਿੱਚ ਕਿ ਉਦੋਂ ਪਰ ਜਦੋਂ ਪਾਵਰ 'ਚ ਆਉਂਦੇ ਨੇ ਉਦੋਂ ਮਜਬੂਰੀਆਂ ਅਤੇ ਉਦੋਂ ਫਿਰ ਸਿਸਟਮ ਦੀ ਗੱਲ ਕਰਨ ਲੱਗ ਜਾਂਦੇ ਕਿਉਂਕਿ ਸਿਸਟਮ ਨਹੀਂ ਬਦਲਦਾ ਸਰਕਾਰਾਂ ਬਦਲ ਜਾਂਦੀਆਂ ਨੇ ਉਹੀ ADGPA ਨੇ ਉਹੀ ਸਾਰਾ ਕੁਛ ਹੈ ਪੁਲਿਸ ਮਹਿਕਮਾ ਹੀ ਹੈ ਇਨਕੁਆਇਰੀ ਅਫਸਰ ਹੀ ਉਹ ਨੇ ਇਹ ਤਾਂ ਹੈ ਨਹੀਂ ਕਿ ਕੋਈ ਹੋਰ ਸੂਬੇ ਦੇ ਆ ਕੇ ਇੱਥੇ ਇਨਕੁਆਇਰੀ ਕਰਨਗੇ ਉਸੇ ਪੁਲਿਸ ਮਹਿਕਮੇ 'ਚੋਂ ਉਹਨਾਂ 'ਚੋਂ ਹੀ ਅਫਸਰ ਕੱਢੇ ਜਾਂਦੇ ਨੇ SIT ਬਣਾਈ ਜਾਂਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਵੀ ਉਸ ਟਾਈਮ ਜਦੋਂ ਸੱਤਾ 'ਚ ਨਹੀਂ ਹੁੰਦੇ ਉਦੋਂ ਗੱਲਾਂ ਹੋਰ ਅਤੇ ਸੱਤਾ 'ਚ ਆਉਂਦੇ ਹੀ ਹਰ ਪਾਰਟੀ ਦੀ ਗੱਲ ਕਰ ਰਿਹਾ ਮੈਂ ਸਿਰਫ ਇਸ ਪਾਰਟੀ ਦੀ ਉਦੋਂ ਮਜਬੂਰੀਆਂ ਗਿਣਾ ਦਿੱਤੀਆਂ ਜਾਂਦੀਆਂ ਬਿਲਕੁਲ ਸੁਰਿੰਦਰ ਜੀ ਜੇ ਆਪਾਂ ਇਹਨੂੰ ਬ੍ਰੋਡਰ ਪ੍ਰੋਸਪੈਕਟਿਵ ਦੇ ਵਿੱਚ ਗੱਲ ਕਰੀਏ ਤਾਂ ਟ੍ਰੈਜਡੀ ਆਫ ਦੀ ਇੰਡੀਅਨ ਨੇਸ਼ਨ ਹੀ ਇਹੀ ਹੈ ਕਿ ਜਿਹੜੇ ਇੱਥੇ ਦੇ ਪੋਲੀਟੀਸ਼ੀਅਨ ਹੈ ਉਹ ਆਪਣੀ ਪਾਪੂਲੇਸ਼ਨ ਨੂੰ ਭੇਡਾਂ ਬੱਕਰੀਆਂ ਹੀ ਸਮਝਦੇ ਹੈ ਅਤੇ ਉਹ ਇੱਕ ਮਤਲਬ ਉਹਨਾਂ ਨੂੰ ਇਹ ਹੈ ਕਿ ਵੀ ਸਾਡੇ ਕੋਲ ਮਸਲ ਪਾਵਰ ਹੈ ਸਾਡੇ ਕੋਲ ਮਨੀ ਪਾਵਰ ਹੈ ਅਤੇ ਪਬਲਿਕ ਦੀ ਮੈਮਰੀ ਬੜੀ ਸ਼ਾਰਟ ਹੈ ਐਸੀਆਂ ਮਿਸਕਨਸੈਪਸ਼ਨਸ ਉਹਨਾਂ ਦੇ ਮਾਈਂਡ ਦੇ ਵਿੱਚ ਚੱਲਦੀਆਂ ਅਤੇ ਇਹ ਸਾਰੇ ਨਜ਼ਰੀਏ ਦੇ ਨਾਲ ਉਹ ਲੋਕਾਂ ਦੇ ਸਾਹਮਣੇ ਝੂਠ ਬੋਲ ਕੇ ਮਤਲਬ ਆਪਣਾ ਵਕਤੀ ਲਾਹਾ ਲੈ ਜਾਂਦੇ ਆ ਅਤੇ ਪੰਜ ਸਾਲ ਦੀ ਗਵਰਨੈਂਸ ਕਰ ਜਾਂਦੇ ਆ ਅਤੇ ਇਹਨਾਂ ਸਾਰੇ ਮਤਲਬ ਪਰਸੈਪਸ਼ਨ ਦੇ ਵਿੱਚੋਂ ਹੀ ਇਹ ਸਾਰੀਆਂ ਗੱਲਾਂ ਨਿਕਲਦੀਆਂ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਨੇ ਮਤਲਬ ਇਸ ਨੋਸ਼ਨ ਨੂੰ ਸ਼ੈਟਰ ਕੀਤਾ ਅਤੇ ਉਹਨਾਂ ਨੇ ਦੋਨੋਂ ਪਾਰਟੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਵੱਡੀਆਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਜਿਹੜੀ ਸੀਗੀ ਉਹਨਾਂ ਨੂੰ ਇੱਕ ਪਾਸੇ ਕਰਕੇ ਇੱਕ ਨਵਾਂ ਮਤਲਬ ਕਨਸੈਪਟ ਪੇਸ਼ ਕੀਤਾ ਅਤੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਗੌਰਮੈਂਟ ਲੈ ਕੇ ਆਏ ਹੈ ਅਤੇ ਇਹਦੇ ਨਾਲ ਇੱਕ ਬ੍ਰੇਕ ਥਰੂ ਜ਼ਰੂਰ ਹੋਈ ਹੈ ਲੇਕਿਨ ਬ੍ਰੇਕ ਥਰੂ ਕਿੰਨੀ ਕੁ ਸਾਰਗਰ ਹੋਏਗੀ ਕੀ ਉਹ ਅੱਗੇ ਕੰਟੀਨਿਊ ਕਰ ਪਾਏਗੀ ਜਾਂ 5 ਸਾਲ ਬਾਅਦ ਲੋਕ ਇਹਨਾਂ ਨੂੰ ਵੀ ਉਸੇ ਬ੍ਰੈਕਟ ਦੇ ਵਿੱਚ ਦੇਖਣਗੇ ਕਿ ਬਈ ਇਹ ਵੀ ਉਹਨਾਂ ਵਰਗੇ ਹੀ ਨਿਕਲੇ ਅਤੇ ਇਹਨਾਂ ਨੇ ਵੀ ਸਾਨੂੰ ਇਸੇ ਤਰੀਕੇ ਦੇ ਨਾਲ ਲੁਭਾਵਣੇ ਨਾਅਰੇ ਦੇ ਕੇ ਸਾਡੀ ਜਿਹੜੀ ਇਮੋਸ਼ਨ ਹੈ ਉਹਨੂੰ ਕੈਸ਼ ਕਰਕੇ ਪਾਵਰ ਗ੍ਰੈਬਿੰਗ ਦਾ ਇੱਕ ਚੱਕਰ ਇਹਨਾਂ ਨੇ ਬਣਾ ਕੇ ਉਹ ਉਸੇ ਰਲੀ ਦੇ ਉੱਪਰ ਤੁਰਿਆ ਇਹ ਫਿਊਚਰ ਦੱਸੇਗਾ ਲੇਕਿਨ ਮੈਂ ਸਮਝਦਾ ਕਿ ਪੰਜਾਬ ਦੀ ਜਨਤਾ ਨੇ ਇੱਕ ਜਿਹੜਾ ਮਤਲਬ ਰੂਟੀਨ ਦਾ ਇੱਕ ਉਹਨਾਂ ਦਾ ਸੀਗਾ ਕਿ ਇੱਕ ਵਾਰੀ ਅਕਾਲੀ ਇੱਕ ਵਾਰੀ ਕਾਂਗਰਸ ਜਿਹੜਾ ਇੱਕ ਵਾਰੀ ਬੰਨੀ ਹੋਈ ਸੀ ਉਹਨਾਂ ਨੇ ਉਹ ਉਸ ਨੂੰ ਸ਼ੈਟਰ ਕੀਤਾ ਹੈ ਪਰ ਰਮਿੰਦਰ ਜੀ ਇਹਦੇ 'ਚ ਇੱਕ ਚੀਜ਼ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਜੇ ਕਿਸੇ ਨੇ ਵਾਕਿਆ ਕੋਈ ਪਾਰਟੀ ਲਾਂਚ ਕਰਨੀ ਹੋਵੇ ਚੰਗੇ ਲੋਕਾਂ ਦੇ ਵਿੱਚ ਆਪਦੀ ਪਕੜ ਬਣਾਉਣੀ ਹੋਵੇ ਉਹਨੂੰ ਤਾਂ ਪੰਜਾਬ ਵਾਲੇ ਪਾਸੇ ਮੂੰਹ ਕਰ ਲੈਣਾ ਚਾਹੀਦਾ ਕਿਉਂਕਿ ਜੇ ਵਾਕਿਆ ਲੋਕ ਇਹਨਾਂ ਨੇ ਵੀ ਆਪਦੇ ਵਾਅਦੇ ਨਹੀਂ ਪੂਰੇ ਕੀਤੇ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਦਾ ਚੌਥਾ ਬਦਲ ਵੀ ਲੱਭ ਲੈਣਗੇ ਸੰਗਰੂਰ ਦੀ ਚੋਣਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਤਾਂ ਮਾਨ ਸਾਹਿਬ ਨੂੰ ਵੀ ਜਿਤਾ ਦਿੱਤਾ ਉੱਥੇ ਬਿਲਕੁਲ ਸੁਰਿੰਦਰ ਜੀ ਮਤਲਬ ਇੱਕ ਮੈਂ ਸਮਝਦਾ ਕਿ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਹੈ ਪੋਲੀਟੀਸ਼ੀਅਨਸ ਦੇ ਪ੍ਰਤੀ ਉਹ ਚੀਜ਼ ਜਿਹੜੀ ਹੈ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜਾ ਕਿ ਬਿਲਕੁਲ ਅਨਐਕਸਪੈਕਟਡ ਬੰਦੇ ਸੀਗੇ ਅਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਪਾਵਰ ਦੇ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਇੱਕ ਮੈਸੇਜ ਦਿੱਤਾ ਬਾਦਲ ਕਲੈਨ ਨੂੰ ਅਮਰਿੰਦਰ ਸਿੰਘ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਕਿ ਬਈ ਅਸੀਂ ਕੋਈ ਜ਼ਰੂਰੀ ਨਹੀਂ ਹੈ ਕਿ ਬਈ ਅਸੀਂ ਤੁਹਾਡੇ ਉਹਦੇ ਵਿੱਚ ਆਵਾਂਗੇ ਅਤੇ ਅਸੀਂ ਤੁਹਾਡੇ ਨਾਲ ਹੀ ਖੜਾਂਗੇ ਸਾਡੇ ਕੋਲ ਆਪਸ਼ਨਸ ਹੈਗੀਆਂ ਅਤੇ ਅੱਗੇ ਅਗਲੀ ਵਾਰੀ ਕੋਈ ਹੰਗ ਅਸੈਂਬਲੀ ਆ ਜਾਏ ਜਾਂ ਕੋਈ ਇਸ ਤਰੀਕੇ ਦੀ ਆ ਜਾਏ ਕਿ ਚਾਰ ਪੰਜ ਸੀਟਾਂ ਹੀ ਬੰਦਿਆਂ ਕੋਲ ਹੋਣ ਇਹ ਵੀ ਕੋਈ ਵੱਡੀ ਗੱਲ ਨਹੀਂ ਹੋਏਗੀ ਮਤਲਬ ਲੇਕਿਨ ਫਿਰ ਵੀ ਮੈਂ ਤਾਂ ਇਹ ਕਹਾਂਗਾ ਕਿ ਬੈਟਰ ਸੈਂਸ ਪ੍ਰਵੇਲ ਕਰੇ ਪੰਜਾਬ ਦੇ ਪੋਲੀਟੀਸ਼ੀਅਨਸ ਦੇ ਵਿੱਚ ਅਤੇ ਉਹ ਇਸ ਮਤਲਬ ਜਿਹੜਾ ਇੱਕ ਮੁੱਦਾ ਹੈਗਾ ਇਸ ਨੂੰ ਕਿਸੇ ਕੰਢੇ ਲਾਉਣ ਜਿਹੜਾ ਬੇਦੋਸ਼ਾ ਹੈਗਾ ਉਹਨੂੰ ਕਲੀਅਰ ਕੱਟ ਕਹਿਣ ਕਿ ਇਹਦਾ ਕੋਈ ਦੋਸ਼ ਨਹੀਂ ਹੈ ਜਿਹੜਾ ਦੋਸ਼ੀ ਹੈ ਉਹ ਉਸਨੂੰ ਉਹ ਕਟਹਿਰੇ ਦੇ ਵਿੱਚ ਖੜੇ ਕਰਕੇ ਪਬਲਿਕ ਦੇ ਸਾਹਮਣੇ ਉਹਨੂੰ ਐਕਸਪੋਜ਼ ਕਰਨ ਇੱਧਰ ਨੂੰ ਗਵਰਨਮੈਂਟ ਨੂੰ ਚੱਲਣਾ ਚਾਹੀਦਾ ਅਤੇ ਜਿਹੜੀ ਤਫਤੀਸ਼ ਹੈ ਜਿਹੜੀ ਇਨਵੈਸਟੀਗੇਸ਼ਨ ਹੈ ਨੋਰਮਲ ਕੋਰਸ ਦਾ 90 ਦਿਨ ਤੋਂ ਬਾਅਦ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ ਲਾਅ ਤਾਂ ਇਹ ਕਹਿੰਦਾ ਕਿ 90 ਦਿਨਾਂ ਦੇ ਵਿੱਚ ਵੀ ਤੁਸੀਂ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਅਤੇ ਚਲਾਨ ਪੇਸ਼ ਕਰੋ ਲੇਕਿਨ ਇੱਥੇ 9ਵਾਂ ਸਾਲ ਜਾਣ ਨੂੰ ਹੋ ਰਿਹਾ 8 ਸਾਲ ਮੇਰੇ ਹਿਸਾਬ ਨਾਲ ਕੰਪਲੀਟ ਹੋ ਗਿਆ ਅਤੇ 9th ਈਅਰ ਦੇ ਵਿੱਚ ਅਸੀਂ ਜਾ ਰਹੇ ਹਾਂ ਅਤੇ ਇੱਕ SIT 2 SIT ਅਤੇ SIT ਉਹ ਜਿਹੜੀ ਇੱਕ ਮਤਲਬ ਇੱਕ ਰਵਾਇਤ ਬਣੀ ਹੋਈ ਆ ਉਹਨੂੰ ਇਹ ਸ਼ੈਟਰ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਕਰਨ ਇੱਧਰ ਨੂੰ ਗਵਰਨਮੈਂਟ ਨੂੰ ਵਧਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਹੈ ਉਹ ਵੀ ਘਟੇ ਅਤੇ ਲੋਕ ਜਿਹੜੇ ਆ ਹੋਰ ਪਾਸੇ ਆਪਣਾ ਧਿਆਨ ਦੇਣ ਅਤੇ ਆਪਣੇ ਜਿਹੜੀ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਹੈ ਗਵਰਨਮੈਂਟ ਵੀ ਉਹਦੇ ਵੱਲ ਧਿਆਨ ਦੇਵੇ ਅਤੇ ਐਕਚੁਅਲ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਮਤਲਬ ਹੱਲ ਕਰਨ ਦਾ ਉਪਰਾਲਾ ਕਰੇ ਮਿੰਦਰ ਜੀ ਇਹਦਾ ਮਤਲਬ ਆਪਾਂ ਇਹ ਮੰਨ ਸਕਦੇ ਹਾਂ ਕਿ ਜਿਵੇਂ SIT ਆਪਾਂ ਜਿਵੇਂ ਦੇਖਿਆ ਸਰਕਾਰਾਂ ਬਦਲੀਆਂ ਤਾਂ SIT ਬਦਲ ਦਿਉ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਮੰਨ ਆਪਾਂ ਮੰਨ ਸਕਦੇ ਹਾਂ ਨਾ ਕਿ ਸਿਸਟਮ ਜਿਹੜਾ ਚੱਲ ਰਿਹਾ ਉਹ ਸਿਰਫ ਇੱਕ ਇਨਫਲੂਐਂਸ ਦੇ ਵਿੱਚ ਚੱਲ ਰਿਹਾ ਕਿ ਸਰਕਾਰ ਦੇ ਦਬਾਅ ਦੇ ਹੇਠਾਂ ਹੀ ਚੱਲ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਸਿਸਟਮ ਇੱਕ ਦਬਾਅ ਦੇ ਹੇਠ ਕੰਮ ਕਰੇ ਤਾਂ ਫਿਰ ਜਿਹੜੇ ਫੈਸਲੇ ਆਉਣੇ ਨੇ ਜਿਹੜੀ ਜੱਜਮੈਂਟ ਆਉਣੀ ਹੈ ਉਹ ਤਾਂ ਪਹਿਲਾਂ ਹੀ ਇਹਦਾ ਮਤਲਬ ਲਿਖੀ ਗਈ
देखो ये आप दबाव नहीं कह सकते, मैं इसनों दूसरे एंगल तो देखना। मैं मानता कि भी उस सिस्टम नूं अब्यूज़ किया जा रहा, उन्हों मिसयूज़ किया जा रहा है। जिहड़ा भी बंदा पोलिटिकल पावर दे विच आंदा है उसनों वह बाई हुक और बाई क्रुक उसनों मिसयूज़ करता है, उन्हों अपने एडवांटेज लई उन्हों वरतदा। ये जिहड़ी है रवायत जिहड़ी है खत्म होनी चाहिए है, तो जस्टिस प्रवेल होवे तो बैटर होएगा। मतलब इन आप कितनी देर प्रोलोंग करांगे कि लोगों को जस्टिस देना ही नहीं है। अपने खाली एक इशू नहीं है, नंबर ऑफ इशूज़ ऐसे है जिन्हों के उपर कोई कॉन्क्रीट गल होंगी नहीं है। तो मतलब कमीशन बना दो, कुछ कर दो, ठंडे बस्ते पा दो। मैं मेरा तर्क तो है क्योंकि अमरिंदर सिंह जी देखो एस आई टी बादल साहब ने बनाई, ठीक है जी। और उदों डिप्टी सी एम सी तो नाले होम मिनिस्टर भी उही सी, पुलिस डिपार्टमेंट उन्होंने रिपोर्ट करता है। ये तो मनने वाली गल है ना कि उन्होंने हुक्म तो बिना, उन्होंने जानकारी तो बिना गोली नहीं चल सकती सी। तो आप मान सकते हैं ना, जे आप एस आई टी बनाई है तो की एस आई टी इन्नी आजाद नहीं हैगी कि अपने डिप्टी सी एम भी बना कि ताड़ी भी जवाबदेही उन्नी बनती है, साढ़े सामने पेश होवो। ये क्यों होंगे कि जो तो सत्ता च नहीं है तो सुखबीर बादल जी सामने बुलाया जाता है। हालांकि ये प्रोसैस तो उस एस आई टी भी फॉलो करना चाहिए सी। एक कॉमन प्रोसैस है, जवाबदेही तो है नहीं कि इसते आरोप तय हो गए हैं, पर जे इनक्वायरी ज्वाइन करनी है जिहड़ियां चीज़ां ने वह फॉरमेट तो ही है ना जी। मैं उसका हवाला दे रहा कि सत्ता च हैगे हाँ तो सानू पिछे रखो, तो इहदा मतलब बाकी आला दुआला तुसीं आपदी कार्रवाई करते रहो। जदों सत्ता ते हटणगे तो एस आई टी की बदली जाती है, तो उस ते शायद यह दबाव हुंदा होगा नहीं तुसीं पहला सुखबीर बादल जी नूं बुलाओ। देखो ये मतलब मैं मानता कि एक एक्सैप्शन ये नॉर्मल केस तो है नहीं, एक्सैप्शनल केस है। ये पंजाब के डी जी पी का नाम भी आ रहा कि बई हुक्म उन्होंने दिते होन, तो जे डी जी पी के उपर ही ये एलीगेशन हो गोली चलाने के हुक्म डी जी पी ने दिते हैं, तो वह किसी सबॉर्डीनेट की मैं समझता इन्नी हिम्मत नहीं है कि डी जी पी इनक्वायरी लई बुला सके। उस तो अगे फिर जो डी जी पी है वह मतलब हैंड इन ग्लव हैगा डिप्टी सी एम के नाल ते सी एम के नाल। सो ये जो एक पोलीटिकल पॉलिटिशियन तो जो एक ब्यूरोक्रैट का जो नैक्सिस है ये सारा झमेला निकलिया। जेकर हर बंदा जिमें सत्यमेव जयते की सहु खाता है वह सत्यमेव जयते से वाकई खड़ा हो, जे एस एस पी उस इलाके का खड़ा हों सत्यमेव जयते तो फिर उन्होंने नॉर्मल कोर्स के सारा कुछ उन्होंने दुध का दुध पानी का पानी करना चाहिए सी। तो इन्ने गट्स मैं समझना कि भाई अजे सिस्टम के अपने जोड़े ऑफिसरस है वह कित रेयर ही किसी को होन वैसे वैसे देखने मिलते नहीं है आम तौर पर। किमें लगता है कि इंसाफ मोर्चा, हालांकि तरीक उन्होंने दिती सी तरीक टप गई, संधवा साहब भी जाते हैं उत्थे गुरु साहब की हजूरी दे विच भी उही लगभग कह जाते हैं जो कैप्टन अमरिंदर सिंह ने चिट्टियां नूं चिट्टे नशे नूं लैके कहा सीगा। किमें लगता है कि हुण इत्थे भी सरकार ते भी वो प्रैशर आ गया क्योंकि हुण जमाना सोशल मीडिया का रहा है, हुण जदों शायद जदों अगले इलैक्शन होणगे 2024 दे विच हो सकदा कि क्योंकि जे इंसाफ मोर्चा ना चक्या गया जे इत्थे इंसाफ ना मिले वो वीडियो भी उवें वायरल की जाएगी, वो बयान वारी वारी सुनाए जाएंगे, तो फिर फर्क कित्थे रह जाना। देखो सुरेंद्र जी आप इसका एक होर परस्पैक्टिव तो भी इसको देखा जा सकता, हो सकता 2024 की सरकार तक यह सरकार जाए भी ना, यह भी आप मान सकते हैं क्योंकि संधवा साहब ने जो 45 दिन गिण के कहे हैं, उन्होंने 60 नहीं कहे, उन्होंने 90 नहीं कहे, उन्होंने 45 कहे हैं, वो बड़े सोच समझ के 45 दिन जड़े हैं गुजरात की इलैक्शन हिमाचल की इलैक्शन से सारी इलैक्शनस में देख के उन्होंने 45 दिन मेरे हिसाब नाल कहे सके। तो कुछ ना कुछ वो मतलब कर सकते हैं क्योंकि डिसग्रंटल्ड एलीमेंट्स जोड़े है आम आदमी पार्टी के बहुत सारे जोड़े हैं वे जा रहे हैं क्योंकि गवर्नमेंट जी डिलीवर नहीं कर पा रही, तो सारे बंद अपना पावर भी नहीं मिली है। वो जो एम एल ए है वह चाहता है कि भी मैं मंत्री भी बना या मैं कुछ चेयरमैन भी बनाया जाए, उस तरीके एस्पायरेशन भी जड़िया वो मतलब फुलफिल नहीं हो पा रही। तो कुणबा जोड़ा बहुत व्डा है, 92 का कुणबा है, उन्होंने 92 सामभना भी कोई मतलब सौखी गल नहीं है। सो इधर भी गल चली जाए तो मैं समझना कोई वही गल नहीं होएगी। तो दूसरा ये एंगल हैगा कुंवर विजय प्रताप का। कुंवर विजय प्रताप एक ऐसी शख्सियत है पंजाब की पॉलिटिक्स के ऐसा बंदा उभरिया जिसने जिसनों यूज़ करके केजरीवाल ने अपनी गवर्नमेंट जी बनाई है, तो सरप्राइजिंगली बन गवर्नमेंट बनते ही उसनों नुकरे ला दिता गया। तो मतलब उत्थों ही उन्होंने इंटेंशन तो उत्थों ही जाहिर होगी कि बई असी कुंवर विजय प्रताप ने बेअदबी वाले मसले के उपर केजरीवाल साहब ने फाइल चक के इदा पंजाब नूं कहा कि भी आ फाइल है तो तुसीं साडी सरकार बनाओ, असी 24 घंटे के आ जिहड़ा करके दिखावांगे। वो सारिया चीज़ा ऑन रिकॉर्ड है, तो 24 घंटे के अज मतलब किन्ने दिन लंघ गए, तकरीबन 8.5 महीने 9 महीने के आप जा रहे हैं। सो वो 24 घंटे हुण ते ही नहीं आ रहे, किन्ने लंबे 24 घंटे सी केजरीवाल साहब के, ये जी एक मतलब डायलमा हैगा। तो
ਇਹਦੇ ਵਿੱਚੋਂ ਵੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੇ ਤਾਂ ਉੱਥੇ ਹੀ ਜਦੋਂ ਵੀ ਪੰਜਾਬ ਨੇ ਦੇਖਿਆ ਕੁੰਵਰ ਆਪਣਾ ਕੁਲਤਾਰ ਸੰਧਵਾਂ ਜੀ ਕਹਿ ਰਹੇ ਆ 45 ਦਿਨਾਂ ਦਾ ਟਾਈਮ ਦਿਓ ਅਤੇ ਉਹ ਉਸ ਤੋਂ ਬਾਅਦ ਉਹ ਕਹਿ ਰਿਹਾ ਇਹਨਾਂ ਨੇ ਕੁਛ ਨਹੀਂ ਕਰਨਾ। ਕੁੰਵਰ ਵਿਜੇ ਪ੍ਰਤਾਪ ਉਸੇ ਸਟੇਜ ਤੋਂ ਕਹਿ ਰਿਹਾ ਕਿ ਇਹਨਾਂ ਤੋਂ ਉਮੀਦ ਰੱਖਣੀ ਫਜ਼ੂਲ ਹੈ, ਇਹਨਾਂ ਨੇ ਕੁਛ ਨਹੀਂ ਕਰਨਾ, ਇਹ ਤੁਹਾਨੂੰ ਜਸਟਿਸ ਦੇ ਹੀ ਨਹੀਂ ਸਕਣਗੇ। ਸੋ ਇੱਕ ਜਿਹੜੀ ਕੰਟਰਡਿਕਸ਼ਨ ਗਵਰਨਮੈਂਟ ਦੇ ਵਿੱਚ ਹੀ ਚੱਲ ਰਹੀ ਹੈ, ਰੂਲਿੰਗ ਕਲਾਸ ਦੇ ਵਿੱਚ ਹੀ ਚੱਲ ਰਹੀ ਹੈ, ਇਹ ਵੀ ਕੋਈ ਨਵਾਂ ਰੰਗ ਲੈ ਆਵੇ ਅਤੇ ਕੋਈ ਵੱਡੀ ਗੱਲ ਨਹੀਂ ਹੋਏਗੀ। ਵੀ 24 ਤੱਕ ਇਹ ਸ਼ਾਇਦ ਗਵਰਨਮੈਂਟ ਰਹੇ ਵੀ ਨਾ, ਆਪਾਂ ਇਹ ਵੀ ਅਚੰਭੇ ਵਾਲੀ ਗੱਲ ਨਹੀਂ ਹੋਏਗੀ। ਇਹ ਮੰਨ ਸਕਦੇ ਹਾਂ ਅਮਰਿੰਦਰ ਸਿੰਘ ਜੀ, ਹੋ ਸਕਦਾ ਹੈ ਕਿ ਸਰਕਾਰ ਦੀ ਨੀਅਤ ਸਾਫ਼ ਹੋਵੇ, ਹੋ ਸਕਦਾ ਕਿ ਮਾਨ ਸਾਹਿਬ ਵੀ ਚਾਹੁੰਦੇ ਹੋਣ ਕਿ ਬੜੀ ਜਲਦੀ ਫੈਸਲਾ ਦਿੱਤਾ ਜਾਵੇ, ਹੋ ਸਕਦਾ ਸੰਧਵਾ ਸਾਹਿਬ ਨੇ ਜਿਵੇਂ ਉੱਥੇ ਜਾ ਕੇ ਕਿਹਾ ਕਿ ਹਾਂ ਇਹ ਸਭ ਚੀਜ਼ਾਂ ਖਤਮ ਹੋ ਜਾਣਗੀਆਂ 45 ਦਿਨਾਂ ਦੇ ਅੰਦਰ ਅੰਦਰ। ਪਰ ਜਿਹੜਾ ਸਿਸਟਮ ਹੈ, ਕਿਉਂਕਿ ਸਿਸਟਮ ਸ਼ਾਇਦ ਅਪੋਜ਼ ਕਰ ਰਿਹਾ ਔਰ ਰਿਜ਼ਿਸਟ ਕਰ ਰਿਹਾ ਕਿ ਸਿਸਟਮ ਕੀ ਨਹੀਂ ਚਾਹੁੰਦਾ ਕਿ ਵਾਕਈ ਟਾਈਮ ਫਰੇਮ 'ਚ ਹੋਵੇ, ਕਿਉਂਕਿ ਜੇ ਟਾਈਮ ਫਰੇਮ 'ਚ ਸਭ ਚੀਜ਼ਾਂ ਹੋ ਗਈਆਂ ਫਿਰ ਤਾਂ ਸਰਕਾਰ ਦਾ ਹੋਰ ਜ਼ਿਆਦਾ ਹੋਲਡ ਹੋ ਜਾਣਾ। ਫਿਰ ਜਿੱਥੇ ਅੱਜ 5 ਸਾਲ ਆਪਾਂ ਦੇਖਦੇ ਹਾਂ, ਸ਼ਾਇਦ ਅਗਲੇ 5 ਸਾਲ ਵੀ ਦੇਖਣਾ ਸ਼ੁਰੂ ਕਰ ਦੇਣਗੇ, ਤੁਹਾਨੂੰ ਨਹੀਂ ਲੱਗਦਾ? ਕਿਉਂਕਿ ਜਿਹੜਾ ਸਿਸਟਮ ਹੈ ਉਹ ਵੀ ਧੜਿਆਂ 'ਚ ਵੰਡਿਆ ਹੋਇਆ ਸੀ ਹਾਲੇ ਤੱਕ। ਬਿਲਕੁਲ, ਕੁਛ ਕਾਂਗਰਸੀ ਸੀ, ਕੁਛ ਅਕਾਲੀ ਸੀ, ਆਪਦੀ ਵਾਰੀ ਉਡੀਕਦੇ ਹੁੰਦੇ ਸੀਗੇ। ਮੈਂ ਸਮਝਦਾ ਕਿ ਤੁਸੀਂ ਬਿਲਕੁਲ, ਤੁਹਾਡੀ ਜਿਹੜੀ ਮਤਲਬ ਤੁਸੀਂ ਸਹੀ ਨਵਜ ਫੜ ਰਹੇ ਹੋ ਕਿ ਸਿਸਟਮ ਹੀ ਜਿਹੜਾ ਹੈਗਾ ਉਹ ਡਿਲੀਵਰ ਨਹੀਂ ਕਰਨ ਦੇ ਰਿਹਾ ਇਸ ਇਸ਼ੂ ਦੇ ਉੱਪਰ ਜਸਟਿਸ ਨੂੰ। ਅਤੇ ਇਹ ਤਾਂ ਹੁਣ ਗਵਰਨਮੈਂਟ ਦੇ ਗਟਸ ਕਿੰਨੇ ਸਟਰੋਂਗ ਹੈਗੇ ਹੈ ਅਤੇ ਕਿਸ ਟਾਈਪ ਦੇ ਉਹ ਆਫਿਸਰਸ ਨੂੰ ਚੂਜ਼ ਕਰਕੇ ਉਸ ਨੂੰ ਡਿਪਿਊਟ ਕਰਦੇ ਹੈ ਸਿਸਟਮ ਨੂੰ ਡਿਲੀਵਰ ਕਰਨ ਲਈ, ਇਹ ਉਹਨਾਂ ਦੇ ਪੋਲੀਟੀਕਲ ਆਕੂਮੈਂਟ 'ਤੇ ਡਿਪੈਂਡ ਕਰੇਗਾ। ਜੇ ਪੋਲੀਟੀਕਲ ਆਕੂਮੈਂਟ ਕਮਜ਼ੋਰ ਹੋਏਗਾ ਤਾਂ ਉਹ ਸਿਸਟਮ ਉਹਨਾਂ 'ਤੇ ਹੈਵੀ ਹੋ ਜਾਏਗਾ। ਜੇ ਉਹ ਚਾਹਣਗੇ ਕਿ ਅਸੀਂ ਜਸਟਿਸ ਇਹਦੇ 'ਚ ਦਿਵਾਉਣਾ ਹੈ ਅਤੇ ਉਹ ਫਿਰ ਉਸ ਸਿਸਟਮ ਨੂੰ ਵਰਕ ਕਰਨ ਲਈ ਉਸ ਨੂੰ ਮਜਬੂਰ ਕਰ ਦੇਣਗੇ। ਪਰ ਇਹ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ, ਕਿਉਂਕਿ ਕਈ ਇਹਦੇ 'ਚ ਫੈਕਟਰ ਹੈਗੇ, ਕਈ ਫੋਰਸਿਸ ਪਲੇ ਕਰ ਰਹੀਆਂ। ਇਹਦੇ 'ਚ BJP ਵੀ ਹੈਗੀ ਹੈ, ਇਹਦੇ 'ਚ ਆਮ ਆਦਮੀ ਪਾਰਟੀ ਦੀ ਵੀ ਹੈਗੀ ਹੈ, ਇਹਦੇ 'ਚ ਆਮ ਆਦਮੀ ਪਾਰਟੀ ਦਾ ਇੰਟਰਨਲ ਰਿਫਟ ਵੀ ਹੈਗੀ ਹੈ, ਇਹਦੇ 'ਚ ਅਕਾਲੀ ਦਲ ਵੀ ਚਾਹੁੰਦਾ ਕਿ ਬਈ ਇਸ ਨੂੰ ਕਿਸੇ ਤਰੀਕੇ ਨਾਲ ਲਿੰਗਰ ਔਨ ਕੀਤਾ ਜਾਵੇ। ਸੋ ਇਹ ਸਾਰੀਆਂ ਜਿਹੜੀਆਂ ਫੋਰਸਿਸ ਪਲੇ ਕਰ ਰਹੀਆਂ, ਕਿਉਂਕਿ ਉਹ ਛੋਟੀਆਂ ਫੋਰਸਿਸ ਨਹੀਂ ਆ, ਲੰਬੇ ਸਮੇਂ 'ਤੇ ਉਹਨਾਂ ਨੇ ਪੰਜਾਬ 'ਤੇ ਰਾਜ ਕੀਤਾ ਅਤੇ ਜਿਹੜੇ ਆਫਿਸਰਸ ਹੈਗੇ ਹੈ ਜਿਨ੍ਹਾਂ ਨੇ ਐਕਚੁਅਲੀ ਜਿਹੜਾ ਹੈਗਾ ਉਹਨੂੰ ਅੱਗੇ ਵਧਾਉਣਾ ਹੈ ਸਾਰੇ ਸਿਸਟਮ ਨੂੰ, ਉਹ ਕਿਤੇ ਨਾ ਕਿਤੇ ਉਹਨਾਂ ਦੀਆਂ ਪੋਲੀਟੀਕਲ ਐਫੀਲੀਏਸ਼ਨਸ ਵੀ ਹੈਗੀਆਂ ਅਤੇ ਪੋਲੀਟੀਕਲ ਐਸਪੈਰੇਸ਼ਨਸ ਵੀ ਹੈਗੀਆਂ। ਅਤੇ ਆਪਾਂ ਦੇਖਿਆ ਕਿ ਕਿਵੇਂ ਪੋਲੀਟੀਸ਼ਨਸ ਜਿਹੜੇ ਆ ਉਹਨਾਂ ਨੂੰ ਆਫਟਰ ਰਿਟਾਇਰਮੈਂਟ ਯੂਜ਼ ਕਰਦੇ ਆ, ਉਹਨਾਂ ਨੂੰ ਪਲੰਪ ਪੋਸਟ ਦਿੰਦੇ ਆ। ਸੋ ਇਹ ਸਾਰਾ ਕੁਛ ਦੇ ਵਿੱਚੋਂ ਜਸਟਿਸ ਨਿਕਲ ਪਾਏਗਾ ਨਹੀਂ ਨਿਕਲ ਪਾਏਗਾ, ਇਹ ਇਹਦੇ ਉੱਪਰ ਅਜੇ ਕਹਿਣਾ ਮੁਸ਼ਕਲ ਹੈ, ਇਹ ਸਮਾਂ ਦੱਸੇਗਾ। ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਸਭ ਚੀਜ਼ਾਂ ਹੋ ਰਹੀਆਂ, ਮਾਨ ਸਾਹਿਬ ਨੂੰ ਕੋਈ ਨਾ ਕੋਈ ਸਖਤ ਫੈਸਲੇ ਲੈਣੇ ਪੈਣਗੇ, ਇਹਨੂੰ ਪ੍ਰਾਇਰਟੀ 'ਤੇ ਦੇਖਣਾ ਪਏਗਾ। ਅਤੇ ਹਾਲੇ ਤੱਕ ਜਿਵੇਂ ਮਾਨ ਸਾਹਿਬ ਹਾਲੇ ਇਨਸਾਫ਼ ਮੋਰਚਾ 'ਚ ਨਹੀਂ ਗਏ ਜਦੋਂ ਦੇ ਮੁੱਖ ਮੰਤਰੀ ਉਹ ਬਣੇ ਨੇ, ਇਹ ਬਹੁਤ ਵੱਡਾ ਗੈਪ ਨਹੀਂ ਹੈ ਕਿ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਸੱਤਾ 'ਚ ਆਉਂਦੇ ਹੋ, ਜਿਹੜੇ ਮੁੱਦਾ ਇੱਕ ਪ੍ਰਮੁੱਖ ਮੁੱਦਾ ਸੀਗਾ, ਮੇਨ ਮੁੱਦਾ ਇਹ ਚੱਕਦੇ ਨੇ, ਉਹ ਮੁੱਦੇ ਨੂੰ ਇੰਨੀ ਤੁਸੀਂ ਕੈਸ਼ ਕਰਾਉਂਦੇ ਹੋ, ਲੋਕ ਤੁਹਾਨੂੰ ਹੁੰਗਾਰਾ ਵੀ ਦਿੰਦੇ ਨੇ, 92 ਬੰਦੇ ਤੁਹਾਨੂੰ ਦੇ ਕੇ ਸੱਤਾ ਦੇ ਵਿੱਚ ਬਿਠਾ ਦਿੰਦੇ ਨੇ, ਯਾਨੀ ਕਿ ਫੁੱਲ ਮੈਜੋਰਿਟੀ ਕਿ ਪੂਰੀ ਤਾਕਤ ਨਾਲ ਤੁਸੀਂ ਆਪਦੇ ਫੈਸਲੇ ਲਓ। ਪੰਜਾਬੀਆਂ ਨੇ ਤਾਂ ਉਹਨਾਂ ਮਾਨ ਕੀਤਾ, ਪਰ ਮਾਨ ਸਾਹਿਬ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਦੇਰੀ ਹੋ ਗਈ ਹੈ ਕਿ ਉੱਥੇ ਇਨਸਾਫ਼ ਮੋਰਚਾ 'ਤੇ ਜਾ ਕੇ ਘੱਟ ਤੋਂ ਘੱਟ ਉੱਥੇ ਬੈਠਣ ਦਾ ਸਹੀ? ਦੇਖੋ, ਇਹ ਮਤਲਬ ਇਨਸਾਫ਼ ਮੋਰਚਾ ਦੇ ਵਿੱਚ ਜਾ ਕੇ ਉਹਨਾਂ ਨੂੰ ਆਸ਼ਵਾਸਨ ਦੇਣਾ ਤਾਂ ਇੱਕ ਚੀਜ਼ ਹੈ ਹੀ ਹੈ, ਇੱਕ ਫੈਕਟਰ ਹੈਗਾ ਹੀ ਹੈਗਾ, ਪਰ ਇਸ ਤੋਂ ਇਲਾਵਾ ਉਹਨਾਂ ਦੀ ਇੰਟੈਂਸ਼ਨ ਦੇ ਉੱਪਰ ਵੀ ਇਸ ਗੱਲ 'ਤੇ ਕੁਐਸਚਨ ਮਾਰਕ ਲੱਗਦਾ ਹੈ ਕਿ ਐਡਵੋਕੇਟ ਜਨਰਲ ਜਿਹੜਾ ਉਹਨਾਂ ਨੂੰ ਲੱਭਿਆ, ਮਤਲਬ ਮੈਂ ਸਮਝਦਾ ਕਿ ਵੀ ਟੈਨਸ ਆਫ ਥਾਊਜ਼ੈਂਡਸ ਐਡਵੋਕੇਟਸ ਹੈਗੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਜਿਸਟਰਡ, ਅਤੇ ਉਹਨਾਂ ਦੇ ਵਿੱਚੋਂ ਸੀਨੀਅਰ ਐਡਵੋਕੇਟ ਵੀ ਹਜ਼ਾਰਾਂ 'ਚ ਹੋਣਗੇ। ਉਹਦੇ ਵਿੱਚੋਂ ਉਹਨਾਂ ਨੇ ਇੱਕ ਐਸਾ ਬੰਦਾ ਲੱਭਿਆ ਜਿਹੜਾ ਕਿ ਜਿਹੜਾ ਮੇਨ ਕਲਪਰੇਟ ਹੈਗਾ, ਜਿਹਦੇ ਉੱਪਰ ਮੇਨ ਐਲੀਗੇਸ਼ਨ ਹੈਗਾ ਗੁਰਮੀਤ ਰਾਮ ਰਹੀਮ, ਉਹਦਾ ਡਿਫੈਂਸ ਕੌਂਸਲ ਵੀ ਹੋ ਰਿਹਾ ਹੈਗਾ, ਉਸੇ ਨੂੰ ਉਹਨਾਂ ਨੇ ਆਪਣਾ ਐਡਵੋਕੇਟ ਜਨਰਲ ਬਣਾਇਆ। ਇਹ ਇੱਕ ਕੰਟਰੋਡਿਕਸ਼ਨ ਹੈਗੀ ਹੈ ਜਿਹੜੀ ਮਤਲਬ ਮਾਨ ਸਾਹਿਬ ਦੀ ਇੰਟੈਂਸ਼ਨ ਦੇ ਉੱਪਰ ਕੁਐਸਚਨ ਮਾਰਕ ਲਾਉਂਦੀ ਹੈ। ਅਤੇ ਮੈਂ ਸਮਝਦਾ ਕਿ ਬਈ ਇਸ ਨੂੰ ਸਾਰੇ ਨੂੰ ਓਵਰਕਮ ਕਰਨ ਲਈ ਵੱਡਾ ਉਹਨਾਂ ਨੂੰ ਮਤਲਬ ਹਿੰਮਤ ਅਤੇ ਹੌਸਲਾ ਕਰਨਾ ਪਏਗਾ, ਕਿਉਂਕਿ ਕੇਜਰੀਵਾਲ ਸਾਹਿਬ ਆਪਣਾ ਦਿੱਲੀ ਤੋਂ ਵੀ ਉਹਨਾਂ 'ਤੇ ਪ੍ਰੈਸ਼ਰਾਈਜ਼ ਕਰ ਰਹੇ ਆ, ਉਹਨਾਂ ਨੂੰ ਉਹਨੂੰ ਉੱਥੋਂ ਰਿਮੋਟ ਕੰਟਰੋਲ ਨਾਲ ਚਲਾ ਰਹੇ ਆ, ਅਤੇ ਪੰਜਾਬ ਨੂੰ ਡਿਲੀਵਰ ਨਹੀਂ ਹੋਣ ਦਿੱਤਾ ਜਾ ਰਿਹਾ, ਉਹਨਾਂ ਦੀ ਐਸਪੀਰੇਸ਼ਨਸ ਜਿਹੜੀਆਂ ਨਹੀਂ ਪੂਰੀਆਂ ਹੋ ਰਹੀਆਂ। ਇਹਦੇ ਵਿੱਚੋਂ ਮਾਨ ਸਾਹਿਬ ਕਿਵੇਂ ਨਿਕਲ ਪਾਉਣਗੇ, ਨਿਕਲ ਵੀ ਪਾਉਣਗੇ ਕਿ ਨਹੀਂ ਨਿਕਲ ਪਾਉਣਗੇ, ਜਾਂ ਇੱਦਾਂ ਹੀ ਉਹਨਾਂ ਦੀ ਗਵਰਨਮੈਂਟ ਚਲੀ ਜਾਏਗੀ, ਇਹ ਇੱਕ ਦੇਖਣ ਵਾਲੀ ਗੱਲ ਹੋਏਗੀ, ਅਤੇ ਇਹਦੇ ਲਈ ਸਾਨੂੰ ਥੋੜ੍ਹਾ ਜਿਹਾ ਸਮਾਂ ਹੋਰ ਦੇਖਣਾ ਪਏਗਾ। ਸੁਖਬੀਰ ਬਾਦਲ ਜੀ ਨੂੰ ਲੈ ਕੇ ਅਤੇ ਅਕਾਲੀ ਦਲ ਨੂੰ ਲੈ ਕੇ, ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਵਾਕਈ ਹਾਲੇ ਹੋਰ ਔਖਾ ਟਾਈਮ ਦੇਖਣਾ ਪੈਣਾ ਇਹਨਾਂ ਨੂੰ? ਦੇਖੋ, ਇਹਦੇ ਜਿਹੜੀ ਅਕਾਲੀਆਂ ਦੀ ਆਪਣੀ ਇੰਟਰਨਲ ਜਿਹੜੀ ਪੋਲਿਟਿਕਸ ਚੱਲ ਰਹੀ ਆ, ਉਹਦੇ ਵਿੱਚ ਵੀ ਡਿਸੈਂਸ਼ਨਸ ਤਾਂ ਡੇ ਬਾਈ ਡੇ ਵੱਧਦੀਆਂ ਜਾ ਰਹੀਆਂ। ਜੇ ਆਪਾਂ ਗੱਲ ਕਰੀਏ ਤਾਂ ਬੀਬੀ ਜਗੀਰ ਕੌਰ ਜਿਹੜੀ ਵੱਡੀ ਕਦਾਵਰ ਨੇਤਾ ਹੈਗੇ ਆ, ਉਹ ਉਹਨਾਂ ਨੂੰ ਬਾਹਰ ਹੋ ਚੁੱਕੇ ਆ, ਜਗਮੀਤ ਬਰਾੜ ਬਾਹਰ ਹੋ ਚੁੱਕੇ ਆ, ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਬਾਹਰ ਹੈਗੇ ਆ, ਅਤੇ ਸੇਵਾ ਸਿੰਘ ਸੇਖਵਾਂ ਜਿਹੜੇ ਆ ਉਹ ਬਾਹਰ ਹੋ ਕੇ, ਉਸ ਤੋਂ ਬਾਅਦ ਉਹ ਉਹਨਾਂ ਦਾ ਅਕਾਲ ਚਲਾਉਣਾ ਵੀ ਹੋ ਗਿਆ, ਅਤੇ ਕੁਛ ਲੀਡਰ ਜਿਹੜੇ
लीडर है जिहड़े कि उन्हां दे नाल नहीं चल पा रहे सुखबीर बादल दे नाल, ये जिहड़ा कुणबा वड्डा होवे पंजाब दे विच वड्डा हुंदा दिखे सानूं, ये भी कोई वड्डी हैरानी वाली गल नहीं होएगी कि जो जो इलैक्शन नेड़े आएगी, क्योंकि अल्टीमेटली तां इहनां बंदिआं दा जिहड़ा ऑब्जेक्टिव है पावर गैलरी दे विच ही पहुँचना हैगा, तो की सुखबीर बादल दे विच इन्नी समर्था हैगी है कि वह पंजाब की पॉपूलेशन इस गल ते राजी कर सके कि मैं तुहाडा लीडर बनन दे काबल हैगा, तो मैं जो भी कीता है मेरे ते या जो भी इल्जाम लगे झूठे सके इन्ना कन्विंस पंजाब नू कर पाणगे, ये फ्यूचर दसेगा। पर मैनू नहीं लगता कि बई वह मतलब इन्नी जल्दी ये जिहड़ा सारी क्राइसिस दे विचों निकल जाणगे, तो उन्हां दी जिहड़ी डिसेंशन हैगी अकाली दल दे विच वधेगी वधेगी, फ्यूचर दे विच होर बंदे उन्हां नू छड्डणगे, ये आपां देखांगे। तो इन्हें मतलब मान लिता जाए कि सुखबीर बादल जी को शायद तुम इन्ने क मजबूर इस टाइम हो चुके हैं कि उन्होंने अपनी पार्टी के ही कोई यस बॉस वाला कोई बंदा नहीं मिल रहा कि अगर मैं पिछे लांबे भी हो जा मैं किसी अपने बंदे अगर मैं प्रधान बना देना कितने वो भी उन्होंने कितने यह डर लगता कि जे एक बार मैं लांबे हो गया तो कितने मैं साढ़े परिवार को परमानेंट लांबे ना कर दिता जाए। देखो खाली लांबे होने वाला मसला नहीं है, जे उन्होंने पोलीटिकल पावर के आना है तो जोड़े बंदे छड़ के गए हैं उन्होंने भी वापस लिया पेगा, तो जो प्रधान चेंज करके वो बंदे वापस आ जाते हैं तो की वो दोबारा सुखबीर नूं बन लैण देणगे, ये एक वड्डा मतलब क्वेश्चन हैगा। ये सारे मतलब मैं समझदा कि नो डाउट के एक बादल फैमिली की एक वड्डी पोजिशन है अकाली दल दे विच, ते उन्हां तो बिना अकाली दल का जिहड़ा मतलब नीयर फ्यूचर दे विच कुछ आपां दिख नहीं रहा सानू कि भाई उस तो अलावा भी कोई अकाली दल उन्हां मतलब उन्हां दी थां कोई भर लेगा, इहदे विच कोई दोरावा नहीं है, पर पंजाब की जनता जिहड़ी है उन्हां दे नाल नहीं खड़ी है। सो ये एक मतलब उहदा कारण ही है ना कि लालच दिखता है कितने ना कि दिखता है कि पार्टी पासे कर दिती एक परिवार इसलिए वार वार क्यों बुलाया जाता है कि परिवार हावी है ओवरकम नहीं उस डर तो बाहर नहीं निकल पा रहे सुखबीर बादल क्योंकि एग्जाम्पल सैट करनी पेगी उन्होंने बिल्कुल बड़े हौसले के नाल एक बारी अपनी जिहड़ी है लीडरशिप किसी होर नूं देनी पेगी तो आप एक उस बंदे का सबॉर्डीनेट होना पेगा तो जो इन्ना जिगरा करनगे तो अकाली दल शायद थोड़ा मतलब आप मन सकते हैं कि बई कुछ गेन करन दी स्थिति दे विच आवे, पर जे वो की पहली गल तां कि वो इन्ना हिम्मत करनगे ते जे वो करनगे भी ते वो किस तरीके दा मतलब लीडर होएगा वो किन्ना क अपने आप नूं एजर्ट करेगा बाकी किन्ने बंदियां नूं वापस बुला पाएगा और उस नूं कंसोलीडेट करन लई अपनी पार्टी नूं, ये एक वड्डा मतलब क्वेश्चन हैगा ते इहदे विच्चों ही सारी जिहड़ी अकाली पॉलिटिक्स निकलेगी। नहीं तो मैं समझदा कि बई पंजाब की जनता जिहड़ी हैगी आ ओह इसे तरीके दे नाल इहनां वल पिट करके खड़ी रहेगी ते इहनां वल मूँह नीयर फ्यूचर दे विच पंजाब की जनता नहीं करन वाली। वैसे अमरिंदर जी की वाकई डिजर्विंग कैंडीडेट्स हैगे ने तुहानूं लगता है कि हैगे इहो जिहे बड़े चेहरे इहो जिहे ने जिहड़े कि श्रोमणी अकाली दल नूं बड़े तरीके नाल उस तरीके नाल सांभ भी सकदे ने ते मौके आंते टाइम आंते ओह जदों एक वेव बन जाएगी तो शायद उस तरीके नाल बाद दे विच सुखबीर बादल जी नूं भी कह सकते हैं कि हाँ अब माड़ा दौर तो अब मैं कढ दित्ता हुण किश्ती तुसीं संभालो। देखो मैं समझना कि सुखबीर बादल नूं प्रधानगी वैसे ही छड़ देनी चाहिए है, वो उदा ही कह दें कि मैं तो सीएम का कैंडीडेट हैगा क्योंकि अकाली थॉट जिहड़ी है वो डिफरेंट हैगी है, उन्हां दी ग्रूमिंग ही उस पासे नहीं होई हुई, वो ठीक है कि एडमिनिस्ट्रेटिव एंगल तो उन्हां दी ग्रूमिंग होई हुई है एडमिनिस्ट्रेटर तकड़े हैगे है, लेकिन जदों आपां अकाली थॉट की गल करते हैं उत्थे जाके जिहड़ी है वह मतलब डिलीवर नहीं कर पाते तो उहदे विच्चों ही सारी क्राइसिस निकली है। जेकर वाकई किसी अकाली माइंड के बंदे नूं प्रधान बना देंगे तो मैं समझदा कि भी अकाली जिहड़ा हैगा अकाली दल वापस रिवाइवल वल जा सकता है, लेकिन वो सारे दे लई उन्हां नूं वड्डा जिगरा करना पेगा ते ऐसा मतलब एक कॉन्फिडेंस उस बंदे दे विचों लेना पेगा प्रधान जिहड़ा भी बनेगा कि भी जिहड़ी एडमिनिस्ट्रेटिव साइड हैगी है जिहड़ा मतलब मुख्यमंत्री दा अहुदा है वह तुसीं मेरे लिए रखो तो बाकी सारा कुछ तुसीं करो एस जी पी सी सांभो दिल्ली कमेटी सांभो होर अकाली पॉलिटिक्स नूं सांभो, लेकिन जदों एक विधानसभा दे विच मैनूं जिहड़ी प्लम पोस्ट चाहीदी है इन्नी कि जे उह किसे नूं कोई बंदा लभ सकण जिहड़ा कि पब्लिक नूं भी एक्सेप्टेबल होवे ते मैं समझदा कि डिफरेंट गल होएगी, पर एक वारी उहनां नूं स्टैप डाउन करना पेगा। ਤੁਹਾਨੂੰ ਲੱਗਦਾ ਹੈ ਕਿ ਕੋਟਕਪੂਰਾ ਗੋਲੀਕਾਂਡ ਜਿਸ ਤਰੀਕੇ ਨਾਲ ਮਤਲਬ ਹਾਲੇ ਤੱਕ ਕੰਮ ਹੋ ਰਿਹਾ ਹੈ ਕਿ 2024 ਤੱਕ ਵੀ ਜੇ ਕੋਈ ਇੱਥੇ ਕੋਈ ਖਾਸ ਅਪਡੇਟ ਨਾ ਹੋਇਆ ਕੋਈ ਕਾਰਵਾਈ ਨਾ ਹੋਈ ਇਨਸਾਫ ਨਾ ਮਿਲਿਆ ਤਾਂ ਤੁਹਾਨੂੰ ਲੱਗਦਾ ਕਿ 2024 ਇੱਕ ਬਹੁਤ ਵੱਡਾ ਅਲਾਰਮ ਸ਼ਾਇਦ ਇੱਕ ਬਹੁਤ ਵੱਡਾ ਮੈਸੇਜ ਜਾ ਸਕਦਾ ਇਹ ਮੁੱਦਾ ਵੀ ਰਹੂਗਾ ਚੁਣਾਵੀ ਮੁੱਦਾ ਵੀ ਰਹੂਗਾ ਅਤੇ ਲੋਕ ਫਿਰ ਜੋ ਬਾਕੀਆਂ ਨਾਲ ਕੀਤਾ ਉਵੇਂ ਕਿਤੇ ਆਮ ਆਦਮੀ ਪਾਰਟੀ ਨਾਲ ਨਾ ਕਰ ਦੇਣ। ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ, ਜੇ ਪੰਜਾਬ ਦੀ ਜਨਤਾ ਪੰਜਾਬ ਦੇ ਵੱਡੇ ਥੰਮ ਜਿਹੜੇ ਆ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਹਲਕੇ ਦੇ ਲੋਕ ਉਹਨਾਂ ਵੱਲ ਪਿੱਠ ਕਰ ਸਕਦੇ ਹੈ ਜਿਹੜੇ ਹਲਕਿਆਂ ਨੂੰ ਉਹਨਾਂ ਨੇ ਲਾਈਫ ਲੌਂਗ ਗਰੂਮ ਕੀਤਾ ਹੈ
ਤੇ ਉਹ ਬਰਗਾੜੀ ਬੈਬਲ ਕਲਾਂ ਤੋਂ ਇਲਾਵਾ ਕੋਈ ਇਸ਼ੂ ਮੈਂ ਸਮਝਦਾ ਐਸਾ ਨਹੀਂ ਸੀ ਜਿਹੜਾ ਕਿ ਉਹਨਾਂ ਨੂੰ ਇਸ ਸਥਿਤੀ ਦੇ ਵਿੱਚ ਲਿਆ ਸਕਦਾ ਦੋਨੋਂ ਵੱਡੇ ਕੱਦਾਵਰ ਲੀਡਰਸ ਨੂੰ ਤੇ ਭਗਵੰਤ ਮਾਨ ਦੀ ਤਾਂ ਅਜੇ ਮਤਲਬ ਪੋਲੀਟੀਕਲ ਲਾਈਫ ਹੀ ਬੜੀ ਛੋਟੀ ਹੈ ਉਹ ਤਾਂ ਆਪਣਾ ਸੰਗਰੂਰ ਬਾਈ ਇਲੈਕਸ਼ਨ 'ਚ ਅਸੀਂ ਦੇਖ ਲਿਆ ਕਿ ਉਹਨਾਂ ਦਾ ਹਸ਼ਰ ਹੋਇਆ ਤੇ ਉਹ ਕਿਤੇ ਸਟੈਂਡ ਨਹੀਂ ਕਰ ਪਾਉਣਗੇ ਜੇ ਉਹ ਡਿਲੀਵਰ ਨਹੀਂ ਕਰਦੇ ਤੇ ਇਹ ਫਿਰ ਨਵਾਂ ਫੇਸ ਕਿਹੜਾ ਆਏਗਾ ਇਹ ਅਜੇ ਕਹਿਣਾ ਮੁਸ਼ਕਲ ਹੈ ਲੇਕਿਨ ਮੈਂ ਇਹ ਮਤਲਬ ਯਕੀਨ ਨਾਲ ਕਹਿ ਸਕਦਾ ਕਿ ਭਗਵੰਤ ਮਾਨ ਨੂੰ ਰਿਪੀਟ ਨਹੀਂ ਕਰਨ ਦੇਣਗੇ ਲੋਕੀ ਜਿਹੜੇ ਇਸ ਇਸ਼ੂ ਤੇ ਡਿਲੀਵਰ ਨਹੀਂ ਕਰਦੇ ਕਿਤੇ ਭਾਜਪਾ ਇਸ ਨੂੰ ਕੈਸ਼ ਤਾਂ ਨਹੀਂ ਕਰਵਾਉਣ 'ਚ ਕਾਮਯਾਬ ਰਹੇਗੀ ਕਿਉਂਕਿ ਆਪਾਂ ਜਿਵੇਂ ਗੱਲ ਕੀਤੀ ਕਿ ਤਿੰਨ ਬਦਲ ਹੋ ਗਏ ਚੌਥਾ ਬਦਲ ਕਿਤੇ ਲੋਕ ਭਾਜਪਾ ਦੇ ਵਿੱਚ ਉਹ ਆਪਸ਼ਨ ਤਾਂ ਨਹੀਂ ਲੱਭਣ ਲੱਗ ਜਾਣਗੇ ਕਿ ਹਾਂ ਅਸੀਂ ਕਾਂਗਰਸੀ ਵੀ ਦੇਖ ਲਏ ਅਸੀਂ ਅਕਾਲੀ ਵੀ ਦੇਖ ਲਏ ਅਸੀਂ ਤੀਜਾ ਬਦਲ ਆਮ ਆਦਮੀ ਪਾਰਟੀ ਵੀ ਦੇਖ ਲਿਆ ਪਰ ਕਿਸੇ ਨੇ ਕੋਈ ਵੀ ਉਸ ਤਰੀਕੇ ਨਾਲ ਬਾਂਹ ਨਹੀਂ ਫੜੀ ਪਰ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਕਿ ਹੁਣ ਚੌਥਾ ਬਦਲ ਉਸ ਨੂੰ ਤੁਹਾਨੂੰ ਲੱਗਦਾ ਕਿ ਭਾਜਪਾ ਜਿਹੜੀ ਕਿ ਅੱਜ ਵਾਕਈ ਆਪਣਾ ਆਧਾਰ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੋਕ ਉਦੋਂ ਕਿਸਾਨੀ ਅੰਦੋਲਨ ਭੁੱਲ ਕੇ ਆਹ ਵਾਲੇ ਜਿਹੜੇ ਮੇਨ ਮੁੱਦੇ ਹੋਣਗੇ ਕਿਉਂਕਿ ਆਪਾਂ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਵਕਤ ਹੈ ਕਿ ਲੋਕ ਬੜੀ ਜਲਦੀ ਭੁੱਲ ਜਾਂਦੇ ਆ ਆਪਾਂ ਲੋਕ ਆ ਜਿਹੜੇ ਵੋਟਰ ਹੈ ਬਹੁਤ ਜਲਦੀ ਭੁੱਲ ਜਾਂਦਾ ਹੈ ਤੇ ਸਿਆਸਤਦਾਨ ਸਿਰਫ ਉਹਦਾ ਹੀ ਫਾਇਦਾ ਚੱਕਦੇ ਨੇ ਤੁਹਾਨੂੰ ਲੱਗਦਾ ਕਿ ਭਾਜਪਾ ਨੂੰ ਫਾਇਦਾ ਹੋ ਜਾਏਗਾ ਆਉਣ ਵਾਲੇ ਸਮੇਂ 'ਚ? ਦੇਖੋ ਪਹਿਲੀ ਗੱਲ ਤਾਂ ਜੇ ਭਾਜਪਾ ਨੇ ਫਾਇਦਾ ਲੈਣਾ ਹੈ ਤਾਂ ਭਾਜਪਾ ਦੀ ਟੌਪ ਲੀਡਰਸ਼ਿਪ ਨੂੰ ਪੰਜਾਬ ਦੇ ਵਿੱਚ ਆ ਕੇ ਇਹ ਇਸੇ ਤਰੀਕੇ ਦੇ ਨਾਲ ਬਾਂਹ ਖੜੀ ਕਰਕੇ ਕਹਿਣਾ ਪਏਗਾ ਕਿ ਅਸੀਂ ਡਿਲੀਵਰ ਕਰਾਂਗੇ ਕੋਟਕਪੂਰਾ ਬੈਬਲ ਕਲਾਂ ਇਸ਼ੂ ਦੇ ਉੱਪਰ। ਕੀ ਉਹ ਪਹਿਲੀ ਗੱਲ ਤਾਂ ਇਹ ਕਿ ਕੀ ਭਾਜਪਾ ਦੇ ਵੱਡੇ ਕਦਾਵਰ ਲੀਡਰ ਆ ਕੇ ਕਹਿਣਗੇ ਪੰਜਾਬ ਦੀ ਜਨਤਾ ਨੂੰ ਆਸ਼ਵਾਸਨ ਦੇਣਗੇ? ਜੇਕਰ ਉਹ ਆਸ਼ਵਾਸਨ ਦਿੰਦੇ ਆ ਤਾਂ ਉਹ ਫਿਰ ਉਸ ਤੋਂ ਅਗਲਾ ਸਵਾਲ ਹੈ। ਅਤੇ ਦੂਸਰਾ ਤੁਸੀਂ ਆਪੇ ਹੀ ਦੱਸਤਾ ਕਿ ਇੱਕ ਮਤਲਬ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਦੂਰੀ ਵਧੀ ਹੋਈ ਹੈ ਉਸ ਨੂੰ ਕੀ ਉਹ ਮਤਲਬ ਪੂਰਿਆ ਜਾ ਸਕਦਾ ਹੈ? ਇਹ ਇੱਕ ਮਤਲਬ ਬੜਾ ਗੁੰਝਲਦਾਰ ਸਵਾਲ ਹੈ ਅਤੇ ਇਹ ਦੋਨੋਂ ਮਤਲਬ ਮਸਲਿਆਂ ਦੇ ਵਿੱਚੋਂ ਕਿਵੇਂ ਨਿਕਲੇਗੀ ਕਿਉਂਕਿ ਭਾਜਪਾ ਖੇਡੇਗੀ ਜ਼ਰੂਰ ਪੱਤਾ ਕਿ ਮੇਰਾ ਇਹ ਮੰਨਣਾ ਕਿ ਵੀ ਪਹਿਲੀ ਗੱਲ ਤਾਂ ਉਹਨਾਂ ਦਾ ਕੋਈ ਵੱਡਾ ਲੀਡਰ ਆ ਕੇ ਐਸੀ ਕੋਈ ਕਲੇਮ ਕਰੇਗਾ ਹੀ ਨਹੀਂ ਕਿਉਂਕਿ ਹੁਣ ਵੀ ਜੇ ਉਹਨਾਂ ਨੇ ਇਹ ਕਲੇਮ ਕਰਨਾ ਹੁੰਦਾ ਤਾਂ ਕੈਪਟਨ ਸਾਹਿਬ ਨੇ ਤਾਂ ਬਾਂਹ ਖੜੀ ਕਰਕੇ ਇਸ ਇਸ਼ੂ ਦੇ ਉੱਪਰ ਕਿਹਾ ਹੀ ਸੀਗਾ ਅਤੇ ਉਹਨਾਂ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਅਤੇ ਕੈਪਟਨ ਸਾਹਿਬ ਦੀ ਕੀ ਪੋਜੀਸ਼ਨ ਹੋਏਗੀ ਉਹ ਜੇ ਬੀਜੇਪੀ ਦਾ ਕੋਈ ਸੀਨੀਅਰ ਲੀਡਰ ਆਉਂਦਾ ਹੈ ਤਾਂ ਕੈਪਟਨ ਸਾਹਿਬ ਉਹਦੇ ਨਾਲ ਖੜੇ ਹੋਣਗੇ ਅਤੇ ਦੁਬਾਰਾ ਕਹਿਣਗੇ ਕਿ ਜੀ ਮੈਨੂੰ ਦੁਬਾਰਾ ਮੌਕਾ ਦਿਓ ਕਿਉਂਕਿ ਉਹ ਉਹਨਾਂ ਦਾ ਜਿਹੜਾ ਇੱਕ ਸਟਿਚਰ ਹੈ ਕੈਪਟਨ ਸਾਹਿਬ ਦਾ ਉਹ ਜਿਸ ਹਿਸਾਬ ਨਾਲ ਬੀਜੇਪੀ ਉਹਨਾਂ ਨੂੰ ਗਰੂਮ ਕਰ ਰਹੀ ਹੈ ਉਹਨਾਂ ਨੂੰ ਵੱਡੀਆਂ ਪਲੰਪ ਪੋਸਟ ਦੇ ਰਹੀ ਹੈ ਅਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਵੀ ਅੱਗੇ ਰੱਖੇਗੀ ਅਤੇ ਕੈਪਟਨ ਸਾਹਿਬ ਕੀ ਦੁਬਾਰਾ ਮਤਲਬ ਪੰਜਾਬ ਦੀ ਜਨਤਾ ਕੋਲੋਂ ਆਸ਼ਵਾਸਨ ਮੰਗਣਗੇ ਕਿ ਵੀ ਮੈਨੂੰ ਇੱਕ ਵਾਰੀ ਇੱਕ ਮੌਕਾ ਹੋਰ ਦਿਓ ਮੈਨੂੰ? ਸੋ ਇਹ ਇੱਕ ਵੱਡੀ ਦੁਬਿਧਾ ਹੈਗੀ ਹੈ ਅਤੇ ਮੈਨੂੰ ਲੱਗਦਾ ਕਿ ਵੀ ਬੀਜੇਪੀ ਇਹ ਸਾਰੇ ਕ੍ਰਾਈਸਿਸ ਦੇ ਵਿੱਚੋਂ ਕਿਵੇਂ ਨਿਕਲੇਗੀ, ਕੀ ਉਹਨੂੰ ਉਲਝਾ ਇਸ ਉਲਝਣ 'ਚੋਂ ਵਿੱਚੋਂ ਨਿਕਲਣ ਦਾ ਕੋਈ ਰਸਤਾ ਮਿਲੇਗਾ ਇਹ ਫਿਊਚਰ ਦੱਸੇਗਾ, ਪਰ ਇਹ ਐਡਾ ਸੌਖਾ ਨਹੀਂ ਹੈ ਇਹ। ਪਰ ਪੰਜਾਬੀਆਂ ਨੂੰ ਦੱਸੋ, ਪੰਜਾਬੀਆਂ ਨੂੰ ਇਸ ਉਲਝਣ 'ਚੋਂ ਪੰਜਾਬੀਆਂ ਨੂੰ ਇਨਸਾਫ ਕੌਣ ਦਵਾਏਗਾ? ਜੇ ਇਹ ਪਾਰਟੀ ਵੀ ਨਹੀਂ ਕਰਦੀ ਤਾਂ ਪੰਜਾਬੀ ਕਿੱਥੇ ਜਾਣ, ਪੰਜਾਬ ਕਿੱਥੇ ਜਾਵੇ, ਇੱਕ ਪੰਜਾਬੀ ਵੋਟ ਕਿਹਨੂੰ ਪਾਵੇ? ਉਸਦਾ ਤੁਹਾਡੇ ਕੋਲ ਕੀ ਜਵਾਬ ਹੈ? ਕਿਉਂਕਿ ਜੋ ਇਸ ਟਾਈਮ ਹਾਲਾਤ ਨੇ ਸਿਰਫ ਆਸ ਅਤੇ ਆਸ ਹੀ ਹੈ, ਹੋਰ ਕੁਛ ਨਹੀਂ। ਦੇਖੋ ਪੰਜਾਬ ਦੇ ਵਿੱਚ ਇਹ ਵੱਡੀ ਕ੍ਰਾਈਸਿਸ ਹੈ, ਪੋਲੀਟੀਕਲ ਵੈਕਿਊਮ ਸਾਨੂੰ ਦੇਖਣ ਨੂੰ ਮਿਲ ਰਿਹਾ, ਅਕਾਲੀ ਪੋਲੀਟਿਕਸ ਦੇ ਵਿੱਚ ਬਹੁਤ ਵੱਡਾ ਵੈਕਿਊਮ ਹੈ, ਉਸ ਤੋਂ ਇਲਾਵਾ ਜਿਹੜੀ ਕਾਂਗਰਸ ਹੈ ਉਹ ਪੂਰੇ ਇੰਡੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਉਹ ਮਤਲਬ ਨਹੀਂ ਕੁਛ ਵੀ ਹਾਸਲ ਕਰ ਪਾ ਰਹੀ, ਲੜਖੜਾ ਰਹੀ ਹੈ, ਅਤੇ ਆਮ ਆਦਮੀ ਪਾਰਟੀ ਤਾਂ ਵੈਸੇ ਹੀ ਇੱਕ ਮੈਂ ਸਮਝਦਾ ਸਟੋਪ ਗੈਪ ਅਰੇਂਜਮੈਂਟ ਪੰਜਾਬ ਨੇ ਇਸ ਨੂੰ ਕੀਤਾ ਹੈ, ਅਤੇ ਕੀ ਬਦਲ ਬਣੇਗਾ, ਕੋਈ ਨਵੀਂ ਪਾਰਟੀ ਉੱਭਰੇਗੀ ਜਾਂ ਕੋਈ ਨਵਾਂ ਕੋਈ ਜਥੇਬੰਦੀ ਉੱਭਰ ਕੇ ਪੰਜਾਬ ਦੀ ਜਨਤਾ ਨੂੰ ਮਤਲਬ ਇੱਧਰ ਨੂੰ ਕੋਈ ਆਸ਼ਵਾਸਨ ਦੇ ਪਾਏਗੀ, ਉਹਦੇ 'ਚ ਇੰਨੀ ਸਟਰੈਂਥ ਹੋਏਗੀ ਕਿ ਉਹ, ਕਿਉਂਕਿ ਇਹਦੇ ਵਿੱਚ ਪੋਲੀਟਿਕਸ ਦੇ ਵਿੱਚ ਖਾਲੀ ਆਸ਼ਵਾਸਨ ਨਹੀਂ ਆ, ਉਹਦੇ 'ਚ ਮਨੀ ਪਾਵਰ ਦਾ ਵੀ ਬਹੁਤ ਵੱਡਾ ਰੋਲ ਹੈ। ਇੰਨਾ ਸਰਮਾਇਆ ਕਿਸ ਬੰਦੇ ਕੋਲ ਹੋਏਗਾ, ਕਿਸ ਪਾਰਟੀ ਕੋਲ ਹੋਏਗਾ ਜਿਹੜਾ ਉਹ ਲੈਵਿਸ਼ਲੀ ਸਪੈਂਡ ਕਰਕੇ ਇਹ ਸਾਰੇ ਸਿਸਟਮ ਨੂੰ ਮਤਲਬ ਆਪਣੇ ਵੱਲ ਤੋਰ ਸਕੇਗਾ, ਇਹ ਦੇਖਣ ਵਾਲੀ ਗੱਲ ਹੋਏਗੀ, ਅਤੇ ਅੱਜ ਦੀ ਤਰੀਕ ਦੇ ਵਿੱਚ ਐਸਾ ਕੁਛ ਦੇਖਣ ਨੂੰ ਮਿਲ ਨਹੀਂ ਰਿਹਾ। ਪਰ ਅਮਰਿੰਦਰ ਜੀ, ਤੁਹਾਨੂੰ ਨਹੀਂ ਲੱਗਦਾ ਕਿ ਐਤਕੀ ਮਨੀ ਪਾਵਰ ਤਾਂ ਚੱਲਣ ਨਹੀਂ ਦਿੱਤੀ ਲੋਕਾਂ ਨੇ? ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ, ਉਸ ਤੋਂ ਬਹੁਤ ਅਗਰ ਮੰਨਿਆ ਜਾਏ ਤਾਂ ਅਕਾਲੀ ਦਲ ਜਾਂ ਭਾਜਪਾ, ਬਈ ਮਨੀ ਪਾਵਰ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਇਹਨਾਂ ਦੇ ਸਾਹਮਣੇ ਨਹੀਂ ਖੜੀ ਹੁੰਦੀ ਸੀਗੀ। ਪਰ ਐਤਕੀ ਪੰਜਾਬੀਆਂ ਨੇ ਜਿਸ ਤਰੀਕੇ ਨਾਲ ਫਤਵਾ ਦਿੱਤਾ ਹੈ, ਉੱਥੇ ਇੱਕ ਚੀਜ਼ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਵਹਿਮ ਦੂਰ ਕਰ ਦਿੱਤੇ ਨੇ ਕਿ ਪੈਸਾ ਵੀ ਪਾਸੇ ਅਤੇ ਜਿਹੜਾ ਰੰਗੀਨ ਪਾਣੀ ਵੀ ਪਾਸੇ, ਅਸੀਂ ਸਿਰਫ ਮੁੱਦਿਆਂ ਦੀ ਰਾਜਨੀਤੀ ਹੈ ਕਿ ਝੂਠ ਨਹੀਂ ਵਾਅਦੇ ਨਹੀਂ, ਸਾਡੇ ਜਜ਼ਬਾਤਾਂ ਨਾਲ ਨਾ ਖੇਲੋ, ਤੁਹਾਨੂੰ ਘਰੇ ਬਿਠਾ ਸਕਦੇ ਹਾਂ। ਦੇਖੋ ਮਨੀ ਪਾਵਰ ਸਾਨੂੰ ਦੇਖਣ ਨੂੰ ਭਾਵੇਂ ਲੱਗ ਰਿਹਾ ਕਿ ਬਈ ਮਨੀ ਪਾਵਰ ਨਹੀਂ ਇਸਤੇਮਾਲ ਹੋਈ, ਮਨੀ ਪਾਵਰ ਤਾਂ ਇਸਤੇਮਾਲ ਹੋਈ ਹੈ, ਇਹ ਗੱਲ ਵੱਖਰੀ ਹੈ ਕਿ ਵੀ ਕਿਸ ਬੰਦੇ ਦੇ ਉਹਨਾਂ ਨੇ ਗੱਲ ਨੂੰ ਮੰਨਿਆ, ਉਹ ਆਪਣਾ ਮੈਸੇਜ ਕਨਵੇ ਕਰਨ ਲਈ ਤਾਂ ਬਹੁਤ ਵੱਡੀ ਮਨੀ ਪਾਵਰ ਦੀ ਲੋੜ ਹੈ ਨਾ,
मतलब तुसी घर बैठ के मैसेज नहीं कन्वे कर सकते एड्डी वड्डी स्टेट दे विच, ते ए सारे नू मतलब किस तरीके दे नाल तुसी एडवरटाइजमेंट्स करते हो, सोशल मीडिया नू मैनेज करते हो, मीडिया नू मैनेज करते हो, एजेंडा बनाते हो, ये सारे लिए मतलब एक बहुत वड्डे ग्रुप की लोड़ हुंदी है, ते उहदे लिए मसल पावर की भी लोड़ हुंदी है, बूथां दे उपर बंदे बिठाने आ तुसी, ये सारा जिहड़ा सिस्टम है मतलब इन्ना गंदला चुक्या, इन्ना गंदा हो चुक्या, ये सारे नू अपने वल मतलब मैनिपुलेट करन लई वड्डे सरमाए की लोड़ पैंदी है। बिल्कुल अमरिंदर सिंह जी, तुसी अज इस मुद्दे ते जुड़े, उम्मीद करते हैं कि कोटकपूरा गोलीकांड दे विच पंजाबियों नूं जिहड़ी आस आम आदमी पार्टी ने बनाई है वह पूरा जरूर करेगी कि इंसाफ मोर्चा ते पंजाबियों नूं इत्थे वाकई इंसाफ मिलेगा। खैर अज दे नज़रिए दे विच इन्ना ही, बहुत बहुत धन्यवाद अमरिंदर सिंह जी। धन्यवाद जी, बहुत बहुत। तो ये सी अमरिंदर सिंह जी, तो कल फिर मिलांगे नवी खबर ते नज़र लैके नज़रिया बयान दे विच। तब तक दो महीने इजाजत, सत श्री अकाल।